ਜ਼ਿਲ੍ਹਾ ਅੰਮ੍ਰਿਤਸਰ ਦੇ ਕਸਬਾ ਰਈਆ ਤੋਂ ਚੀਮਾ ਬਾਟ ਰੋਡ 'ਤੇ ਸਥਿਤ ਯੂਨੀਕ ਪਬਲਿਕ ਸਕੂਲ ਜੋ ਕਿ ਸਰਦਾਰ ਜਸਵੰਤ ਸਿੰਘ ਸੇਖੋਂ ਜੀ ਨੇ ਪੇਂਡੂ ਖੇਤਰ ਦੇ ਬੱਚਿਆਂ ਨੂੰ ਚੇਰੀ ਵਿੱਦਿਆ ਪ੍ਰਦਾਨ ਕਰਨ ਦੇ ਮਕਸਦ ਨਾਲ ਸਥਾਪਿਤ ਕੀਤਾ। ਅੱਜ ਵੀ ਸਰਦਾਰ ਜਸਵੰਤ ਸਿੰਘ ਜੀ ਦੀ ਦੇਖ ਰੇਖ ਹੇਠ ਪ੍ਰਿੰਸੀਪਲ ਸੁਖਮਿੰਦਰ ਕੌਰ ਜੀ ਵੱਲੋਂ ਆਪਣੇ ਸਮੂਹ ਸਟਾਫ ਦੇ ਸਹਿਯੋਗ ਸਦਕਾ ਦਿਨ ਪ੍ਰਤੀ ਦਿਨ ਬੁਲੰਦੀਆਂ ਨੂੰ ਛੂਹ ਰਿਹਾ ਹੈ। ਯੂਨੀਕ ਪਬਲਿਕ ਸਕੂਲ ਰਈਆ ਜੋ ਕਿ ਬੱਚਿਆਂ ਨੂੰ ਸਿਰਫ ਕਿਤਾਬੀ ਪੜ੍ਹਾਈ ਨਹੀਂ ਕਰਾਉਂਦਾ ਬਲਕਿ ਉਹਨਾਂ ਦੇ ਬਹੁਪੱਖੀ ਵਿਕਾਸ ਲਈ ਸਮੇਂ ਸਮੇਂ ਵੱਖ ਵੱਖ ਗਤੀਵਿਧੀਆਂ ਨਾਲ ਕਰਾਉਂਦੇ ਰਹਿੰਦੇ ਹਨ, ਜਿਸ ਦੇ ਚੱਲਦੇ ਬੀਤੇ ਦਿਨ ਸਕੂਲ ਵਿਖੇ ਐਨੂਅਲ ਫੰਕਸ਼ਨ ਦੇ ਇਨਾਮ ਵੰਡ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਦਰਮਿਆਨ ਬੱਚਿਆਂ ਨੇ ਵੱਖ ਵੱਖ ਗਤੀਵਿਧੀਆਂ ਜਿਵੇਂ ਭੰਗੜਾ, ਗਿੱਧਾ, ਡਰਾਮੇ ਅਤੇ ਹੋਰ ਗਤੀਵਿਧੀਆਂ ਵਿੱਚ ਹਿੱਸਾ ਲਿਆ ਅਤੇ ਦਰਸ਼ਕਾਂ ਨੂੰ ਤਾੜੀਆਂ ਮਾਰਨ ਲਈ ਮਜਬੂਰ ਕਰ ਦਿੱਤਾ। ਇਸ ਮੌਕੇ ਸਰਦਾਰ ਸੁਖਦੇਵ ਸਿੰਘ ਭੁੱਲਰ, ਰਿਟਾਇਰਡ ਸੀਨੀਅਰ ਮੈਨੇਜਰ PSEB ਮੋਹਾਲੀ, ਮੈਡਮ ਮਨਜੀਤ ਕੌਰ ਗਿੱਲ, ਜਸਵੀਰ ਸਿੰਘ ਗਿੱਲ, ਕ੍ਰਿਸ਼ਨ ਕੁਮਾਰ ਬ੍ਰਾਂਚ ਮੈਨੇਜਰ LIC, NPS ਸੋਹਲ LIC ਡਿਪਾਰਟਮੈਂਟ ਆਫਿਸਰ ਮੁੱਖ ਮਹਿਮਾਨ ਦੇ ਤੌਰ 'ਤੇ ਪਹੁੰਚੇ। ਅੰਤ ਵਿੱਚ ਸਰਦਾਰ ਲਵਪ੍ਰੀਤ ਸਿੰਘ ਸੇਖੋਂ ਅਤੇ ਪ੍ਰਿੰਸੀਪਲ ਮੈਡਮ ਸੁਖਮਿੰਦਰ ਕੌਰ ਜੀ ਨੇ ਫੰਕਸ਼ਨ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ। ਪੇਸ਼ ਆ ਪੰਜਾਬ ਪੁਲਿਸ ਦੀ ਟੀਮ ਵੱਲੋਂ ਇੱਕ ਰਿਪੋਰਟ। ਮੇਰਾ ਨਾਮ ਲਵਪ੍ਰੀਤ ਸਿੰਘ ਸੇਖੋਂ ਹੈ। ਅੱਜ ਦਾ ਜੋ ਸਾਡਾ ਪ੍ਰੋਗਰਾਮ ਹੈ ਇਹ ਐਨੂਅਲ ਪ੍ਰਾਈਜ਼ ਡਿਸਟ੍ਰੀਬਿਊਸ਼ਨ 2017 ਦਾ ਹੈ। ਇਸ ਦੇ ਵਿੱਚ ਅਸੀਂ ਜੋ ਲਾਸਟ ਈਅਰ ਦੇ ਵਿੱਚ ਬੱਚਿਆਂ ਦੇ ਵਧੀਆ ਪਰਫਾਰਮੈਂਸ ਰਹੀਆਂ ਉਹਨਾਂ ਦੇ ਰਿਗਾਰਡਿੰਗ ਉਹਨਾਂ ਨੂੰ ਪ੍ਰਾਈਜ਼ ਡਿਸਟ੍ਰੀਬਿਊਸ਼ਨ ਤਾਂ ਕਿ ਉਹ ਹੋਰ ਉਤਸ਼ਾਹਿਤ ਹੋਣ ਅਤੇ ਜੋ ਆਉਣ ਵਾਲੇ ਸਾਲ ਦੇ ਵਿੱਚ ਹੋਰ ਵਧੀਆ ਆਪਣੀ ਪਰਫਾਰਮੈਂਸ ਦੇਣ, ਇਸ ਦੇ ਲਈ ਔਰਗਨਾਈਜ਼ ਕੀਤਾ ਹੋਇਆ। ਅੱਜ ਦੇ ਚੀਫ ਗੈਸਟ ਹਨ ਸਰਦਾਰ SS ਭੁੱਲਰ ਜੀ, ਜੋ ਕਿ ਐਕਸ ਸੀਨੀਅਰ ਮੈਨੇਜਰ ਸੀਗੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਮੋਹਾਲੀ ਦੇ। ਜੇ ਆਪਾਂ ਐਕਚੁਅਲੀ ਦੇਖੀਏ ਤਾਂ ਐਜੂਕੇਸ਼ਨ ਦੀ ਡੈਫੀਨੇਸ਼ਨ ਹੀ ਇਹ ਆ ਕਿ ਬੱਚੇ ਦੀ ਸੋਸ਼ਲ, ਮੋਰਲ, ਐਸਥੈਟਿਕ, ਕਲਚਰਲ ਹਰ ਪੱਖੋਂ ਉਹਨਾਂ ਦੀ ਡਿਵੈਲਪਮੈਂਟ ਕਰਵਾਉਣੀ। ਸੋ ਜੇ ਆਪਾਂ ਸਿਰਫ ਇੱਕੋ ਚੀਜ਼ ਨੂੰ ਮੁੱਖ ਰੱਖ ਕੇ ਸਕੂਲ ਦੇ ਵਿੱਚ ਚੱਲਾਂਗੇ ਜਾਂ ਜਿਸ ਤਰ੍ਹਾਂ ਕਿ ਸਿਰਫ ਆਪਣੇ ਅਕੈਡੈਮਿਕਸ, ਤਾਂ ਉਹਨਾਂ ਦੀ ਪੂਰੀ ਆਲ ਓਵਰ ਡਿਵੈਲਪਮੈਂਟ ਨਹੀਂ ਹੋ ਸਕਦੀ। ਸੋ ਉਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਹੋਰ ਵੀ ਸਕੂਲ ਦੇ ਵਿੱਚ ਹੋਰ ਵੀ ਐਕਟੀਵਿਟੀਜ਼ ਬਹੁਤ ਜ਼ਰੂਰੀ ਹਨ, ਜਿਵੇਂ ਕਿ ਗੇਮਸ ਦੀ ਐਕਟੀਵਿਟੀ, ਸਪੋਰਟਸ ਡੇ, ਉਹ ਵੀ ਸਾਡੇ ਸਕੂਲ ਵਿੱਚ ਹਰ ਸਾਲ ਮਨਾਇਆ ਜਾਂਦਾ ਹੈ। ਤੋ ਉਸੇ ਲੜੀ ਦੇ ਵਿੱਚੋਂ ਇਹ ਇੱਕ ਪ੍ਰੋਗਰਾਮ ਹੈ ਜਿਸ ਨੂੰ ਐਜ਼ ਏ ਆਪਾਂ ਐਨੂਅਲ ਪ੍ਰਾਈਜ਼ ਡਿਸਟ੍ਰੀਬਿਊਸ਼ਨ ਫੰਕਸ਼ਨ ਲੈ ਕੇ ਚੱਲਦੇ ਹਾਂ। ਇਸ ਦੇ ਵਿੱਚ ਨਾ ਸਿਰਫ ਇਨਾਮ ਹੀ ਨਹੀਂ ਦਿੱਤੇ ਜਾਂਦੇ ਬੱਚਿਆਂ ਨੂੰ, ਸਗੋਂ ਉਹਨਾਂ ਦੀ ਜਿਹੜੀ ਕਲਚਰਲ ਪਰਫਾਰਮੈਂਸਿਸ ਵੱਲ ਵੀ ਧਿਆਨ ਦਿੱਤਾ ਜਾਂਦਾ ਹੈ। ਉਹਦੇ ਵਿੱਚ ਬੱਚੇ ਕਾਫੀ ਕਲਚਰਲ ਪ੍ਰੋਗਰਾਮਸ ਕਰਦੇ ਜਿਹਦੇ ਵਿੱਚ ਉਹਨਾਂ ਦੀ ਜੋ ਐਕਟੀਵਿਟੀਜ਼, ਜਿੱਦਾਂ ਬੋਇਜ਼ ਦੀ ਭੰਗੜਾ, ਗਰਲਸ ਦੀ ਗਿੱਧਾ, ਕੁਛ ਸਪੀਚਿਸ ਹੋ ਜਾਂਦੀਆਂ, ਕੁਛ ਪਲੇਅ ਹੋ ਜਾਂਦੇ ਆ। ਸੋ ਉਹਨਾਂ ਦੇ ਇੱਕ ਸਟੇਜ ਤੋਂ ਜਿਹੜਾ ਫੀਅਰ ਹੁੰਦਾ ਸਟੇਜ ਦੇ ਉੱਪਰ ਬੋਲਣ ਦਾ, ਉਹਨੂੰ ਆਪਾਂ ਓਵਰਕਮ ਕਰ ਸਕਦੇ ਹਾਂ। ਸੋ ਆਲ ਓਵਰ ਡਿਵੈਲਪਮੈਂਟ ਦੇ ਲਈ ਇਹ ਬਹੁਤ ਜ਼ਰੂਰੀ ਹੈ ਐਕਟੀਵਿਟੀਜ਼ ਜਿਹੜੀਆਂ ਦੂਸਰੀਆਂ ਆਮ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ, ਜਿਹੜੀ ਔਨ ਦਾ ਬਿਹਾਫ ਆਫ ਯੂਨੀਕ ਪਬਲਿਕ ਸਕੂਲਸ ਪ੍ਰਿੰਸੀਪਲ ਮੈਨੇਜਿੰਗ ਡਾਇਰੈਕਟਰ ਸਰਦਾਰ ਜਸਵੰਤ ਸਿੰਘ ਸੇਖੋਂ, ਰੀਅਲੀ ਥੈਂਕ ਐਵਰੀਬਡੀ ਹੂ ਹੈਵ ਅਰਾਈਵਡ ਇਨ ਦਿਸ ਫੰਕਸ਼ਨ ਐਜ਼ ਅ ਗੈਸਟ ਔਰ ਐਜ਼ ਅ ਪਰਫਾਰਮਰ ਔਰ ਆਲ ਦੋਸ ਮੈਂਬਰਸ ਹੂ ਹੈਵ ਵਰਕਡ ਵੈਰੀ ਹਾਰਡ ਟੂ ਅਚੀਵ ਦਿਸ ਡੇ। ਮੈਂ ਮੁੱਖ ਅਧਿਆਪਿਕਾ ਯੂਨੀਕ ਪਬਲਿਕ ਸਕੂਲ। ਅੱਜ ਅਸੀਂ ਐਨੂਅਲ ਪ੍ਰਾਈਜ਼ ਡਿਸਟ੍ਰੀਬਿਊਸ਼ਨ ਫੰਕਸ਼ਨ ਆਪਣੇ ਸਕੂਲ 'ਚ ਕਰਾ ਰਹੇ ਹਾਂ। ਇਹਦਾ ਸਾਡਾ ਮੇਨ ਮੋਟਿਵ ਇਹ ਹੁੰਦਾ ਹੈ ਕਿ ਜਦੋਂ ਅਸੀਂ ਬੱਚਿਆਂ ਨੂੰ ਇਹ ਇਸ ਤਰ੍ਹਾਂ ਅਕੈਡਮਿਕ ਦੇ ਵਿੱਚ ਜਾਂ ਹੋਰ ਫੀਲਡ ਦੇ ਵਿੱਚ ਜਦੋਂ ਬੱਚਾ ਕੁਝ ਕਰਦੇ ਹਨ, ਅਸੀਂ ਉਹਨਾਂ ਨੂੰ ਜਦੋਂ ਇਵੇਂ ਪ੍ਰਾਈਜ਼ ਦਿੰਦੇ ਹਨ ਤਾਂ ਇਹਦੇ ਨਾਲ ਉਹ ਬਹੁਤ ਪ੍ਰੋਤਸਾਹਿਤ ਹੁੰਦੇ ਹਨ ਔਰ ਦੂਸਰੇ ਬੱਚੇ ਵੀ ਜਿਹੜੇ ਪਿੱਛੇ ਰਹਿੰਦੇ ਹਨ, ਜਿਹਨਾਂ ਨੂੰ ਹੈਜੀਟੇਸ਼ਨ ਹੁੰਦੀ ਹੈ, ਜਦੋਂ ਇਸ ਤਰ੍ਹਾਂ ਦੇ ਪ੍ਰੋਗਰਾਮ ਦੇ ਵਿੱਚ ਦੂਸਰੇ ਬੱਚਿਆਂ ਨੂੰ ਪਰਫਾਰਮ ਕਰਦੇ ਹੋਏ ਵੇਖਦੇ ਹਨ ਤਾਂ ਉਹ ਵੀ ਉਹਨਾਂ ਦੇ ਵਿੱਚ ਵੀ ਇੱਕ ਚੇਤਨਾ ਜਾਗਦੀ ਹੈ, ਉਹ ਵੀ ਅੱਗੇ ਵੱਧਦੇ ਹਨ ਔਰ ਉਹਨਾਂ ਦੇ ਵਿੱਚ ਵੀ ਜਜ਼ਬਾ ਪੈਦਾ ਹੁੰਦਾ ਹੈ ਕਿ ਉਹ ਕੁਛ ਕਰ ਗੁਜ਼ਰਨ ਔਰ ਬੱਚਿਆਂ ਦੇ ਵਿੱਚ ਬਹੁਤ ਟੈਲੈਂਟ ਹੁੰਦਾ ਅਤੇ ਉਹਨੂੰ ਟੈਲੈਂਟ ਨੂੰ ਉਭਾਰਨ ਵਾਸਤੇ ਹੀ ਜਿਹੜਾ ਅਸੀਂ ਇਹ ਫੰਕਸ਼ਨ ਔਰਗੇਨਾਈਜ਼ ਕੀਤਾ। ਇਹਦੇ ਨਾਲ ਬੱਚੇ ਜਿਹੜੇ ਆ ਬੜੇ ਪ੍ਰੋਤਸਾਹਿਤ ਹੁੰਦੇ ਹਨ ਔਰ ਉਹਨਾਂ ਦੇ ਵਿੱਚ ਇੱਕ ਅੱਗੇ ਜਿਵੇਂ ਜ਼ਿੰਦਗੀ ਦੇ ਵੱਖ ਵੱਖ ਖੇਤਰ ਹੁੰਦੇ ਹਨ ਉਹ ਮਤਲਬ ਇੱਥੋਂ ਸਕੂਲ ਲੈਵਲ 'ਤੇ ਅਸੀਂ ਉਹਨਾਂ ਨੂੰ ਅਗਰ ਸਟੇਜ 'ਤੇ ਲੈ ਕੇ ਆਉਂਦੇ ਹਾਂ, ਉਹਨਾਂ ਨੂੰ ਜੋ ਇਹ ਐਕਟੀਵਿਟੀ ਜੋ ਪਰਫੋਰਮ ਕਰਦੇ ਹਨ ਅਤੇ ਉਹ ਫਿਰ ਅੱਗੇ ਜਾ ਕੇ ਉਹਨਾਂ ਦੇ ਵਿੱਚ ਮਤਲਬ ਹੈਜੀਟੇਸ਼ਨ ਖਤਮ ਹੁੰਦੀ ਹੈ, ਇੱਕ ਉਹਨਾਂ ਦਾ ਆਤਮ ਵਿਸ਼ਵਾਸ ਵੱਧਦਾ। ਅਸੀਂ ਆਪਣੇ ਬੱਚਿਆਂ ਨੂੰ ਸਾਡੇ ਸਕੂਲ ਦੇ ਵਿੱਚ ਜਿਵੇਂ ਜਿਹੜੇ ਗਰੀਬ ਬੱਚੇ ਹੁੰਦੇ ਹਨ ਅਸੀਂ ਉਹਨਾਂ ਨੂੰ ਮਤਲਬ ਉਹਨਾਂ ਦੀ ਫੀਸ ਵੀ ਲੈਸ ਕਰਦੇ ਹਾਂ ਜੀ ਔਰ ਦੂਸਰੀ ਗੱਲ ਇਹ ਹੈ ਕਿ ਸਾਡੇ ਸਕੂਲ ਦੇ ਵਿੱਚ ਜਿਵੇਂ ਸਟਰੈਂਥ ਮਤਲਬ ਘੱਟ ਹੋਣ ਕਰਕੇ ਬੱਚੇ ਜਿਹੜੇ ਆ ਉਹ ਬਹੁਤ ਅਸੀਂ ਉਹਨਾਂ ਵੱਲ ਧਿਆਨ ਦਿੰਦੇ ਹਾਂ, ਵਧੀਆ ਸਾਡਾ ਸਟਾਫ ਹੈ ਅਤੇ ਮੈਨੂੰ ਜਦੋਂ ਮੈਂ ਕਿਸੇ ਸਕੂਲ ਦੇ ਵਿੱਚ ਜਾਂਦੀ ਹਾਂ ਜਿੱਥੇ ਸਾਡੇ ਬੱਚੇ 10th ਤੋਂ ਬਾਅਦ ਜਾਂ ਫਿਰ 8th ਤੋਂ ਬਾਅਦ ਜਾਂਦੇ ਹਨ ਅਤੇ ਉਹ ਮੈਨੂੰ ਟੀਚਰ ਜਦੋਂ ਕਹਿੰਦੇ ਹਨ ਕਿ ਮੈਡਮ ਤੁਹਾਡੇ ਬੱਚੇ ਬਹੁਤ ਵਧੀਆ ਹੁੰਦੇ ਹਨ ਅਤੇ ਬੜੀ ਖੁਸ਼ੀ ਹੁੰਦੀ ਹੈ, ਮੇਰਾ ਸਾਰਾ ਸਟਾਫ ਔਰ ਮੈਂ ਪੂਰੇ ਲਗਨ ਨਾਲ
ਮਿਹਨਤ ਕਰਦੇ ਹਾਂ ਔਰ ਇਹ ਜਿਹੜੇ ਕਈ ਵਾਰ ਸਾਡੇ ਕੋਲ ਬੜੇ ਚੰਗੇ ਚੰਗੇ ਸਕੂਲਾਂ ਤੋਂ ਬੱਚੇ ਆਉਂਦੇ ਹਨ, ਪੇਰੈਂਟਸ ਉੱਥੇ ਦੇਖਦੇ ਹਨ ਕਿ ਬਹੁਤ ਜ਼ਿਆਦਾ ਸਟਰੈਂਥ ਹੈ, ਬੱਚਿਆਂ ਵੱਲ ਧਿਆਨ ਨਹੀਂ ਦਿੱਤਾ ਜਾਂਦਾ, ਲੇਕਿਨ ਜਦੋਂ ਸਾਡੇ ਸਕੂਲ ਵਿੱਚ ਆਉਂਦੇ ਹਨ ਅਸੀਂ ਉਹਨਾਂ ਦਾ ਇੰਨਾ ਮਤਲਬ ਉਹਨੂੰ ਧਿਆਨ ਦੇਈਦਾ ਕਿ ਉਹ ਬੱਚੇ ਬਹੁਤ ਵਧੀਆ ਫਿਰ ਪਰਫੋਰਮ ਕਰਦੇ ਹਨ ਔਰ ਉਹ ਬੱਚੇ ਜਿਹੜੇ ਉੱਥੇ ਵੱਡੇ ਸਕੂਲਾਂ ਦੇ ਵਿੱਚ ਜਿਵੇਂ ਜ਼ਿਆਦਾ ਸਟਰੈਂਥ ਹੋਣ ਕਰਕੇ ਧਿਆਨ ਨਹੀਂ ਦਿੱਤਾ ਜਾਂਦਾ, ਲੇਕਿਨ ਜਦੋਂ ਇਹ ਸਾਡੇ ਕੋਲ ਆਉਂਦੇ ਹਨ ਅਤੇ ਅਸੀਂ ਬਹੁਤ ਮਿਹਨਤ ਉਹਨਾਂ ਦੇ ਨਾਲ ਕਰਾਈਦੇ, ਉਹ ਬੱਚੇ ਫਿਰ ਉਹਨਾਂ 'ਚ ਇੰਨਾ ਕੌਨਫੀਡੈਂਸ ਹੁੰਦਾ, ਉਹ ਬੜਾ ਖੁਸ਼ ਹੁੰਦੇ ਆ ਕਿ ਉਹਨਾਂ ਦੇ ਪੇਰੈਂਟਸ ਵੀ ਕਹਿੰਦੇ ਕਿ ਮੈਡਮ ਸਾਡਾ ਬੱਚਾ ਤੁਸੀਂ ਚਲਾ ਦਿੱਤਾ, ਕਿ ਜਦੋਂ ਅਸੀਂ ਮਿਹਨਤ ਕਰਦੇ ਹਾਂ ਅਤੇ ਇਹੋ ਜਿਹੀ ਕੋਈ ਗੱਲ ਨਹੀਂ, ਪਰਮਾਤਮਾ ਹਮੇਸ਼ਾ ਸਾਥ ਦਿੰਦਾ ਜਦੋਂ ਇਨਸਾਨ ਕੋਈ ਮਿਹਨਤ ਕਰਦਾ। ਪਿਆਰੀ ਆਡੀਅੰਸ, ਇੱਕ ਚੀਜ਼ ਮੈਂ ਨਾ ਤੁਹਾਨੂੰ, ਬੇਟੇ ਤੁਸੀਂ ਆਪਣੀ ਪੋਜੀਸ਼ਨ ਲਓ, ਜਦ ਤੱਕ ਅਗਲੇ ਬੱਚੇ ਪੋਜੀਸ਼ਨ ਲੈਂਦੇ ਹੁੰਦੇ ਆ ਜੀ ਮੈਂ ਸਿਰਫ ਉਨਾ ਕੁ ਟਾਈਮ ਹੀ ਤੁਹਾਡਾ ਲਵਾਂਗਾ। ਮੈਂ ਇੱਕ ਚੀਜ਼ ਦੀ ਨਾ ਗੁਜ਼ਾਰਿਸ਼ ਕਰਨੀ ਚਾਹੁੰਦਾ ਹਾਂ ਆਪਣੇ ਬੱਚਿਆਂ ਨੂੰ ਨਾ, ਕਦੀ ਗਿਆਨੀ ਸੋਹਣ ਸਿੰਘ ਸੀਤਲ ਦੀਆਂ ਕਵਿਤਾਵਾਂ ਉਹਦੀ ਕਵੀਸ਼ਰੀ ਲੱਭ ਲੱਭ ਕੇ ਸੁਣਾਇਆ ਕਰੋ, ਇਹਨਾਂ ਨੂੰ ਮਿਸ ਪੂਜਾ ਤੋਂ ਅਤੇ ਜੈਜੀ ਮੈਸ ਤੋਂ ਬਚਾ ਲਓ। ਆਪਣੇ ਬੱਚਿਆਂ ਨੂੰ ਕਦੀ ਬਾਪੂ ਕਰਨੈਲ ਸਿੰਘ ਪਾਰਸ ਰਾਮੂ ਵਾਲੀ ਆ ਅਤੇ ਅਜੇ ਕੱਲ੍ਹ ਪਰਸੋਂ ਹੀ ਪੂਰੇ ਹੋਏ ਆ ਗਿਆਨੀ ਜੋਗਾ ਸਿੰਘ ਜੋਗੀ।
ਤੇ ਮਲੰਗ ਸਿਰ ਫਿਰੇ ਬਾਗੀ ਅਵਾਰਾ ਤੇ ਮਲੰਗ ਮੇਰੀ ਕਵਿਤਾ ਹੈ ਮੇਰੇ ਯਾਰਾਂ ਦੇ ਨਾਲ ਤੋ ਮੈਂ ਕੱਲ ਹੀ ਜਸਵੰਤ ਸਿੰਘ ਹੋਣਾ ਨੂੰ ਮਿਲਿਆ ਤੇ ਮੈਂ ਇਹਨਾਂ ਨੂੰ ਪੁੱਛ ਰਿਹਾ ਸੀ ਵੀ ਤੁਹਾਡੇ ਕੋਲ ਬੱਚੇ ਕਿੰਨੇ ਗਏ ਕਹਿੰਦੇ ਜੀ 200 ਮੈਂ ਤਨਖਾਹਾਂ ਦਾ ਕਿੱਦਾਂ ਸਰਦਾ ਕਹਿੰਦੇ ਮੇਰੇ ਕੋਲ ਰੱਬ ਆ ਤੇ ਜਦ ਕੋਲ ਰੱਬ ਹੋਵੇ ਹਰਮਨਜੀਤ ਸਿੰਘ ਜੀ ਸਾਡੇ ਸਤਿਕਾਰਯੋਗ ਭੈਣ ਜੀ ਪ੍ਰਿੰਸੀਪਲ ਭੈਣ ਜੀ ਸਰਦਾਰ ਜਸਵੰਤ ਸਿੰਘ ਜੀ ਅਮਰਜੀਤ ਸਿੰਘ ਜੀ ਸਾਡੇ ਕਲਸਟਰ ਇੰਚਾਰਜ ਮੇਰੇ ਸਤਿਕਾਰਯੋਗ ਭੈਣ ਜੀ ਸਰਦਾਰ ਗੁਰਮੇਜ ਸਿੰਘ ਜੀ ਔਰ ਸਰਦਾਰ ਹਰਗੁਣਵੀਰ ਸਿੰਘ ਜੀ ਜਿਹੜੀ ਵਸਤੂ ਅਸੀਂ ਲੈਣ ਦੇ ਵਾਸਤੇ ਬਾਹਰ ਜਾ ਰਹੇ ਹਾਂ ਸ਼ਹਿਰ ਨੂੰ ਦੌੜਦੇ ਹਾਂ ਅੱਛੇ ਸਕੂਲਾਂ ਨੂੰ ਅੱਛੇ ਸਕੂਲ ਤੋਂ ਭਾਵ ਇਹ ਨਹੀਂ ਕਿ ਜਿਸ ਦੀ ਬਿਲਡਿੰਗ ਬਹੁਤ ਵੱਡੀ ਹੈ ਜਾਂ ਜਿਸ ਦਾ ਬਹੁਤ ਵੱਡਾ ਬਾਹਰੀ ਤੌਰ ਤੇ ਸਟੇਟਸ ਹੈ ਉਸਨੂੰ ਅਸੀਂ ਅੱਛਾ ਸਕੂਲ ਕਹਿੰਦੇ ਹਾਂ ਅੱਛੇ ਸਕੂਲ ਦਾ ਮਤਲਬ ਹੈ ਜਿੱਥੇ ਬੱਚੇ ਨੂੰ ਮੌਰਨ ਸਿੱਖਿਆ ਦਿੱਤੀ ਜਾਂਦੀ ਹੈ ਜਿੱਥੇ ਬੱਚੇ ਦੀਆਂ ਜਿਹੜੀਆਂ ਮੌਲਿਕ ਅਧਿਕਾਰ ਨੇ ਜਾਂ ਜਿੱਥੇ ਉਸਨੂੰ ਆਪਣੇ ਬੱਚੇ ਨੂੰ ਸਤਿਕਾਰ ਸਿਖਾਇਆ ਜਾਂਦਾ ਹੈ ਜਿੱਥੇ ਮਾਂ ਬਾਪ ਦੀ ਰਿਸਪੈਕਟ ਦੇ ਬਾਰੇ ਦੱਸਿਆ ਜਾਂਦਾ ਜੀ ਆਇਆਂ ਕਹਿੰਦੀ ਹਾਂ ਔਰ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਆਪਣੇ ਪ੍ਰੀਸੀਅਸ ਟਾਈਮ ਵਿੱਚੋਂ ਕੁਝ ਸਮਾਂ ਇਹਨਾਂ ਬੱਚਿਆਂ ਨੂੰ ਅਨਕਰਜ ਕਰਨ ਵਾਸਤੇ ਕੱਢਿਆ ਹੁਣ ਮੈਂ ਉਹਨਾਂ ਬੱਚਿਆਂ ਨੂੰ ਔਰ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੰਦੀ ਹਾਂ ਜਿਨ੍ਹਾਂ ਨੇ ਅੱਜ ਇਨਾਮ ਪ੍ਰਾਪਤ ਕੀਤੇ ਹਨ ਔਰ ਜੋ ਬੱਚੇ ਇਨਾਮ ਪ੍ਰਾਪਤ ਨਹੀਂ ਕਰ ਸਕੇ ਉਹਨਾਂ ਨੂੰ ਵੀ ਮੈਂ ਇਹ ਕਹਾਂਗੀ ਕਿ ਉਹ ਡਿਸਕਰੇਜ ਨਾ ਹੋਣ ਸਗੋਂ ਅੱਜ ਪ੍ਰਣ ਲੈ ਕੇ ਜਾਣ ਕਿ ਅਸੀਂ ਵੀ ਅੱਗੇ ਤੋਂ ਹਾਰਡ ਵਰਕ ਕਰਾਂਗੇ ਔਰ ਨੈਕਸਟ ਟਾਈਮ ਉਹ ਵੀ ਪ੍ਰਾਈਜ਼ ਲੈ ਸਕਦੇ ਹਨ